ਮੈਨੂੰ ਮੇਰੀ ਆਪਣੀ ਮਾਂ ਦੀ ਕਸਮ ਹੈ ਸ਼ਾਮ ਨੂੰ ਨਾਲ ਹੀ ਚੁਕੰਦਰ ਪਾਰ ਵੱਜਦਾ ਹੈ। ਮੈਂ ਲੈਣ ਵਾਲੇ ਪਹਿਲਾਂ ਨਹੀਂ, ਸਵੇਰ ਤੋਂ ਲੈ ਕੇ ਸ਼ਾਮ ਦੇ 10-11 ਵਜੇ ਤੱਕ ਮੈਂ ਔਰ ਮੇਰੀ ਵਾਈਫ ਦਿਨ ਰਾਤ ਕੋਈ ਦੀ ਸੇਵਾ ਕਰਦੇ ਹਾਂ। ਅਤੇ ਜੇ ਤੁਸੀਂ ਲੋਕਾਂ ਨੇ ਫਿਰ ਵੀ ਸਾਨੂੰ ਪਸੰਦ ਨਹੀਂ ਕਰਨਾ, ਫਿਰ ਮੇਰੇ ਕੋਈ ਹੱਕ ਨਹੀਂ ਹੈਗਾ ਇਹਦੇ ਵਿੱਚ ਸੱਤਾ ਜੇ ਰਹਿਣ ਲਈ। ਆਪਣੀ ਮਾਂ ਦੀ ਸਹੁੰ ਖਾ ਕੇ ਭਰੀ ਸਭਾ ਦੇ ਵਿੱਚ ਅਸਤੀਫਾ ਦੇਣ ਦੀ ਗੱਲ ਕਹਿਣ ਵਾਲੇ ਇਹ ਕਾਂਗਰਸੀ MLA ਹੁਣ ਵਿਰੋਧੀਆਂ ਦੇ ਨਿਸ਼ਾਨੇ ਤੇ ਆ ਗਏ ਨੇ। ਦਰਸਲ ਭੋਆ ਤੋਂ ਕਾਂਗਰਸੀ MLA ਜੋਗਿੰਦਰ ਪਾਲ ਨੇ ਕਿਹਾ ਸੀ ਕਿ ਜੇਕਰ ਜਾਖੜ ਸਾਹਿਬ ਹਾਰ ਗਏ ਤਾਂ ਉਹ ਖੁਦ ਵੀ ਆਪਣੀ ਵਿਧਾਇਕੀ ਛੱਡ ਦੇਣਗੇ ਤੇ ਇਸੇ ਲਈ ਹੁਣ ਬੀਜੇਪੀ ਆਗੂ ਜੋਗਿੰਦਰ ਪਾਲ ਤੋਂ ਅਸਤੀਫੇ ਦੀ ਮੰਗ ਕਰ ਰਹੇ ਨੇ, ਕਿਉਂਕਿ ਬੀਜੇਪੀ ਉਮੀਦਵਾਰ ਸਨੀ ਦਿਓਲ ਦੇ ਹੱਥੋਂ ਪੰਜਾਬ ਕਾਂਗਰਸ ਪ੍ਰਧਾਨ ਜਾਖੜ ਗੁਰਦਾਸਪੁਰ ਸੀਟ ਹਾਰ ਚੁੱਕੇ ਨੇ। ਅੱਜ ਅਸੀਂ ਪ੍ਰੈਸ ਕਾਨਫਰੰਸ ਇਸ ਕਰਕੇ ਬੁਲਾਈ ਹੈ ਕਿ ਪਿਛਲੇ ਦੌਰਾਨ ਜਿਹੜੀਆਂ ਸਾਡੀਆਂ ਚੋਣਾਂ ਹੋਈਆਂ ਨੇ, 2019 ਵਿੱਚ MP ਇਲੈਕਸ਼ਨ ਹੋਇਆ ਔਰ ਉਹਦੇ ਵਿੱਚ ਇੱਕ ਮੰਚ 'ਤੇ ਇੱਕ ਮੁੱਦਾ ਆਇਆ ਔਰ ਵੀਡੀਓ ਵੀ ਕਾਫੀ ਵਾਇਰਲ ਹੋਇਆ ਕਿ ਜਿਹੜੇ ਇੱਥੋਂ ਦੇ ਜੋਗਿੰਦਰਪਾਲ MLA ਨੇ ਕਾਂਗਰਸ ਦੇ, ਉਹਨਾਂ ਨੇ ਇੱਕ ਮੰਚ 'ਤੇ ਕਿਹਾ ਕਿ ਅਗਰ ਜਾਖੜ ਸਾਹਿਬ ਇੱਥੋਂ ਹਾਰ ਗਏ ਤਾਂ ਮੈਂ ਇਸ ਭੋਏ ਹਲਕੇ 'ਚੋਂ ਆਪਣੀ MLAship ਤੋਂ ਅਸਤੀਫਾ ਦਿਆਂਗਾ ਔਰ ਆਪਣੀ ਮਾਂ ਦੀ ਸਹੁੰ ਚੁੱਕ ਕੇ ਉਹਨਾਂ ਨੇ ਇਹ ਕਸਮ ਖਾਧੀ ਹੈ। ਅਤੇ ਮੈਂ ਅੱਜ ਉਹਨਾਂ ਨੂੰ ਯਾਦ ਦਿਲਾਉਣਾ ਚਾਹੁੰਦੀ ਹਾਂ ਕਿ ਜਾਖੜ ਸਾਹਿਬ ਇੱਥੋਂ ਬਹੁਤ ਬੁਰੀ ਮਾਰਜਨ ਨਾਲ ਹਾਰੇ ਨੇ, 29,423 ਵੋਟਾਂ ਨਾਲ ਉਹਨਾਂ ਦੀ ਹਾਰ ਹੋਈ ਹੈ ਔਰ ਭਾਰਤੀ ਜਨਤਾ ਪਾਰਟੀ ਜਿੱਥੋਂ ਜਿੱਤ ਹੋਈ ਹੈ। ਕਿਆ ਮੈਂ ਪੁੱਛਣਾ ਚਾਹੁੰਦੀ ਹਾਂ ਕਿ ਉਹਨਾਂ ਨੇ ਮਾਂ ਦੀ ਸਹੁੰ ਖਾਧੀ ਹੈ, ਮਾਂ ਤੋਂ ਇਸ ਹਿੰਦੂ ਧਰਮ ਵਿੱਚ ਮਾਂ ਦਾ ਰਿਸ਼ਤਾ ਜਿਹੜਾ ਬਹੁਤ ਪਵਿੱਤਰ ਮੰਨਿਆ ਜਾਂਦਾ, ਉਹਨਾਂ ਨੂੰ ਭਗਵਾਨ ਦਾ ਦਰਜਾ ਦਿੱਤਾ ਜਾਂਦਾ ਆ। ਤੋ ਜੋਗਿੰਦਰਪਾਲ ਜੀ ਨੂੰ ਮੈਂ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਆਪਣਾ ਅਸਤੀਫਾ ਦਿਓ, ਕਿਉਂਕਿ ਜਾਖੜ ਸਾਹਿਬ ਇੱਥੋਂ ਹਾਰ ਚੁੱਕੇ ਨੇ ਔਰ ਆਪਣੀ ਜਿਹੜੀ ਜ਼ਬਾਨ ਕੀਤੀ ਉਹਨਾਂ ਨੇ ਆਪਣੀ ਜ਼ਬਾਨ 'ਤੇ ਕਾਇਮ ਰਹਿਣ। ਉੱਧਰ ਹੁਣ MLA ਸਾਹਿਬ ਇਹ ਕਹਿ ਕੇ ਅਸਤੀਫਾ ਦੇਣ ਤੋਂ ਮੁੱਕਰਦੇ ਵਿਖਾਈ ਦੇ ਰਹੇ ਨੇ ਕਿ ਉਹਨਾਂ ਦੇ ਤਾਂ ਵਰਕਰ ਹੀ ਇਸ ਗੱਲ ਲਈ ਰਾਜ਼ੀ ਨਹੀਂ ਹੋ ਰਹੇ। ਮੈਂ ਤੇ ਰਿਜ਼ਾਈਨ ਦੇਣ ਨੂੰ ਤਿਆਰ ਹੋਏ ਦਾ ਔਰ ਮੇਰੇ ਵਰਕਰ ਜਿਹੜੇ ਮਰਨ ਨੂੰ ਤਿਆਰ ਹੋ ਪਏ ਦੇ ਆ ਵੀ ਜੇ ਤੁਸੀਂ ਰਿਜ਼ਾਈਨ ਦਿੱਤਾ ਤਾਂ ਅਸੀਂ ਮਰਨ ਨੂੰ ਤਿਆਰ ਹੋਏ ਨੂੰ ਤੁਹਾਡੇ ਕੇਵਲ ਰਾਜ ਤੁਸੀਂ ਵੀ ਉਹਨਾਂ ਦੀ ਵਾਈਡ ਕੀਤੀ ਹੈ ਜਾਂ ਤੁਸੀਂ ਸਾਰਾ ਦੇਖਿਆ। ਇਸ ਕਰਕੇ ਬਿਲਕੁਲ ਵੀ ਜੇ ਜਿੱਥੇ ਵੀ ਕਿਤੇ ਮੈਂ ਆਪਣੇ ਵਰਕਰ ਨੂੰ ਕਿਹਾ ਵੀ ਮੇਰੀ ਗਲਤੀ ਹੈ, ਉਹਨੂੰ ਮੈਂ ਸੁਧਾਰਨ ਦੀ ਕੋਸ਼ਿਸ਼ ਕਰਾਂਗਾ ਔਰ ਮੈਨੂੰ ਬਹੁਤ ਵੱਡਾ ਇਹ ਧੱਕਾ, ਬਹੁਤ ਵੱਡਾ ਮੈਨੂੰ ਇਹ ਦੁੱਖ ਲੱਗਾ ਕਿ ਜਾਖੜ ਸਾਹਿਬ ਇੱਕ ਬੜੀ ਵੱਡੀ ਇੱਕ ਪਰਸਨੈਲਿਟੀ ਸੀ ਸਾਡੇ ਪੰਜਾਬ ਦੀ, ਖਾਸ ਕਰਕੇ ਸਾਨੂੰ ਇੱਕ ਬੜਾ ਹੀਰਾ ਮਿਲਿਆ ਸਾਡੇ ਪਾਰਲੀਮੈਂਟ ਹਲਕੇ ਗੁਰਦਾਸਪੁਰ ਵਾਸਤੇ। ਇਹ ਹਾਰਨਾ ਨਹੀਂ ਚਾਹੀਦਾ ਪਰ ਲੋਕਾਂ ਦੀ ਸੋਚ ਹੈ, ਲੇਕਿਨ ਮੇਰੇ ਵਰਕਰਾਂ ਦੀ ਸੋਚ ਤਾਂ ਠੀਕ ਸੀ। ਮੈਂ ਜਿੰਨਾ ਜੋਸ਼ੀ ਉਹਨਾਂ ਮੈਨੂੰ ਬਿਲਕੁਲ ਵੀ ਉਹ ਗੱਲ ਕਿਹਾ ਵੀ ਜੇ ਤੁਸੀਂ ਰਿਜ਼ਾਈਨ ਦੇਣ ਦੀ ਗੱਲ ਕੀਤੀ ਅਸੀਂ ਇੱਥੇ ਆਤਮ ਹੱਤਿਆ ਕਰ ਲੈਣੀ ਹੈ। ਇਸ ਕਰਕੇ ਮੈਨੂੰ ਇਹ ਸਾਰਾ ਇਹ ਕਰਕੇ ਪਲੱਸ ਆਪਾਂ ਵਰਕਰਾਂ ਦੇ ਨਾਲ ਹਰ ਮਹੀਨੇ ਮੀਟਿੰਗ ਕਰਾਂਗੇ, ਆਪਣੀ ਜੂਨ 22 ਜਿਹੜੀ ਆ ਉਹ ਕਮੇਟੀਆਂ ਬਣਾਵਾਂਗੇ। ਫਿਲਹਾਲ MLA ਸਾਹਿਬ ਭਾਵੇਂ ਸਾਰੀਆਂ ਗੱਲਾਂ ਵਰਕਰਾਂ ਸਿਰ ਮੜ ਰਹੇ ਨੇ ਪਰ ਵਿਰੋਧੀ ਉਹਨਾਂ ਦੇ ਅਸਤੀਫੇ ਤੇ ਅੜੇ ਹੋਏ ਨੇ। ਪਠਾਨਕੋਟ ਤੋਂ ਜਤਿਨ ਸ਼ਰਮਾ ਦੀ ਰਿਪੋਰਟ। ਸਾਰੀ ਸਾਰੀ ਰਾਤ ਗਿਣਾ ਮੈਂ।